ਕੀ ਮੁੱਦਾ ਸੀ ਤੁਸੀਂ ਅੱਜ ਮਿਲੇ ਹੋ? ਕ੍ਰਿਸ਼ਨ ਕੁਮਾਰ ਜੀ ਸਿੱਖਿਆ ਸਕੱਤਰ ਸਾਹਿਬ ਨੂੰ ਮੈਂ ਮਿਲ ਕੇ ਆਇਆ, ਕਿਉਂਕਿ ਮੈਂ ਅੱਜ ਤੋਂ 2 ਦਿਨ ਪਹਿਲਾਂ ਪਟਿਆਲੇ ਦੇ ਵਿੱਚ ਜਿਹੜੇ ਸਾਡੇ ਟੀਚਰ ਜਿਨ੍ਹਾਂ ਨੇ ਟੈਟ ਕਲੀਅਰ ਕੀਤਾ ਹੋਇਆ, ਬਹੁਤ ਪੜ੍ਹੇ ਲਿਖੇ ਲੋਕ ਜਿਹੜੇ ਦਿਆਨਤਦਾਰੀ ਦੇ ਨਾਲ ਗਰੀਬ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਸੀ, ਅਤੇ ਅੱਜ ਉਹ ਰੋਟੀਆਂ ਆਤਰ ਹੋਏ ਪਾਟੀਆਂ ਦਰੀਆਂ ਦੇ ਉੱਤੇ ਧਰਨੇ ਦੇ ਵਿੱਚ ਬੈਠੇ ਆ। ਅੱਜ ਇੱਥੇ ਇੱਕ ਪਾਸੇ ਟੀਚਰ ਜਿਹਨੂੰ 42,500 ਰੁਪਇਆ ਸੈਲਰੀ ਮਿਲਦੀ ਸੀ, ਦੁਨੀਆਂ ਦੇ ਅੰਦਰ ਕਿਸੇ ਮੁਲਕ ਦਾ ਐਸਾ ਕਾਨੂੰਨ ਨਹੀਂ ਜਿਹੜਾ ਮੋਰੀ ਵਾਲਾ ਪੈਸਾ ਕਿਸੇ ਦੀ ਸੈਲਰੀ ਘਟਾ ਸਕੇ। ਮੈਂ ਪੁੱਛ ਕੇ ਆਇਆ ਵੀ ਕਿਹੜਾ ਤੁਹਾਡੇ ਕੋਲ ਕਾਨੂੰਨ ਹੈਗਾ ਜਿਹਦੇ ਨਾਲ ਤੁਸੀਂ 42,500 ਲੈਂਦੇ, ਟੀਚਰ ਦੀ ਤਨਖਾਹ 15,000 ਕਰਤੀ। 42,500 ਵਾਲੇ ਟੀਚਰ ਨੇ ਆਪਣਾ ਬਜਟ ਬਣਾਇਆ ਸੀ ਮਹੀਨੇ ਦਾ, ਕੋਈ 25,000 ਰੁਪਇਆ ਮਕਾਨ ਦੀ ਕਿਸ਼ਤ ਭਰ ਰਿਹਾ ਸੀ, ਕੋਈ ਪਲਾਟ ਦੀ ਕਿਸ਼ਤ ਭਰ ਰਿਹਾ, ਕਿਸੇ ਨੇ ਕੋਈ ਛੋਟੀ ਕਾਰ ਖਰੀਦੀ ਉਹਦੀ ਕਿਸ਼ਤ ਭਰ ਰਿਹਾ, ਅਤੇ ਦੂਜੇ ਪਾਸੇ ਸਾਡੇ ਗਰੀਬ ਦੇ ਬੱਚੇ ਪੜ੍ਹਾਈ ਤੋਂ ਆਤਰ ਹੋ ਗਏ। 10,000 ਟੀਚਰ ਇੱਥੇ ਧਰਨੇ 'ਤੇ ਬੈਠਾ, ਅਤੇ ਇਹਨਾਂ ਨੇ ਝੂਠ ਬੋਲਿਆ ਕ੍ਰਿਸ਼ਨ ਕੁਮਾਰ ਜੀ, ਕੈਬਨਿਟ ਨੂੰ ਗੁੰਮਰਾਹ ਕੀਤਾ, ਇਹਨਾਂ ਨੇ ਸਰਕਾਰ ਨੂੰ ਗੁੰਮਰਾਹ ਕੀਤਾ ਕਿ 94% ਔਨਲਾਈਨ ਇੱਕ ਇਹਨਾਂ ਨੇ ਪੋਰਟਲ ਜਿਹਾ ਬਣਾ ਲਿਆ ਵੀ 94% ਸਾਨੂੰ ਟੀਚਰਾਂ ਨੇ ਪ੍ਰਵਾਨਗੀ ਦੇ ਦਿੱਤੀ ਜੀ ਬੇਸਿਕ ਦੇ ਉੱਤੇ, ਮਤਲਬ ਕਿ ਟੀਚਰਾਂ ਤੋਂ ਪ੍ਰਵਾਨਗੀ ਦਾ ਅਡੰਬਰ ਰਚਾ ਕੇ ਕੈਬਨਿਟ ਦੇ ਵਿੱਚ ਉਹ ਪਾਸ ਕਰਾ ਲਿਆ। ਪੰਜਾਬ ਦੇ ਅੰਦਰ ਹਾਹਾਕਾਰ, ਪਹਿਲਾਂ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਹੁਣ ਟੀਚਰ ਕਰਨ ਲੱਗ ਗਏ। ਮੈਂ ਮਿਲ ਕੇ ਆਇਆ, ਮੈਂ ਸਾਰੀ ਗੱਲ ਲੈਬੋਰੇਟ ਕਰਕੇ ਆਇਆ ਵੀ ਮੈਨੂੰ ਡਾਟਾ ਚਾਹੀਦਾ ਜਿਹੜਾ 94% ਵਾਲਾ, ਮੈਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ। ਮੈਨੂੰ 3:30 ਵਜੇ ਦਾ ਕ੍ਰਿਸ਼ਨ ਕੁਮਾਰ ਜੀ ਨੇ ਟਾਈਮ ਦਿੱਤਾ, ਮੈਂ 3:30 ਵਜੇ ਫੇਰ ਆ ਜਾਣਾ, ਡਾਟਾ ਲੈ ਕੇ ਜਾਵਾਂਗਾ। ਮੈਨੂੰ ਕਹਿੰਦੇ RTI ਦੇ ਵਿੱਚ ਡਾਟਾ ਮੰਗ ਲਾ, ਪੰਜਾਬ ਵਿਧਾਨ ਸਭਾ ਦਾ ਮੈਂਬਰ, ਪੰਜਾਬੀਆਂ ਦਾ ਚੁਣ ਕੇ ਭੇਜਿਆ ਆਪਣੇ ਹਿੱਤਾਂ ਦੀ ਰਖਵਾਲੀ ਕਰਨ ਵਾਲਾ ਮੈਂਬਰ, ਉਸ ਸਭਾ ਦਾ ਮੈਂਬਰ ਜਿਹੜੀ ਕਾਨੂੰਨ ਬਣਾਉਂਦੀ ਹੈ, ਕਾਨੂੰਨ ਦੇ ਵਿੱਚ ਸੋਧਾਂ ਕਰਦੀ ਹੈ, ਉਸ ਸਭਾ ਦੇ ਮੈਂਬਰ ਨੂੰ ਇੱਕ IAS ਅਫਸਰ ਕਹੇ ਵੀ RTI ਦੇ ਜ਼ਰੀਏ ਲੈ ਲਾ। ਮੈਂ ਕਹਿ ਕੇ ਆਇਆ ਵੀ ਇਹ ਨਵਿਆਂ ਨੂੰ ਸਿਖਾ, ਇਹ ਗੱਲਾਂ ਅਸੀਂ ਇਹ ਗੱਲਾਂ ਸਿੱਖ ਕੇ ਆਏ ਹੋਏ ਹਾਂ, ਅਸੀਂ ਸਿਖਾਉਂਦੇ ਹਾਂ ਕਿ ਇੱਕ ਲੈਜਿਸਲੇਚਰ ਦੇ ਰਾਈਟ ਕੀ ਹੈਗੇ। 3:30 ਵਜੇ ਦੁਬਾਰਾ ਆਵਾਂਗਾ ਟੀਚਰ ਸਾਥੀਆਂ ਦਾ ਅਤੇ ਗਰੀਬ ਦੇ ਬੱਚਿਆਂ ਦੀ ਪੜ੍ਹਾਈ ਦੇ ਮਸਲੇ ਨੂੰ ਲੈ ਕੇ, ਚਾਹੇ ਮੈਨੂੰ ਇਹ ਦਫ਼ਤਰ ਦੇ ਬਾਹਰ ਭੁੰਜੇ ਬੈਠਣਾ ਪਵੇ, ਬੈਠ ਕੇ ਜਾਵਾਂ।